ਅੱਜ ਅਗਲੇ 2 ਦਿਨ ਸਿੱਧੂ ਦੇ ਨਾਲ ਹੀ ਜਿਵੇਂ ਜੋ ਵੀ ਸਾਡਾ ਪਲਾਨ ਬਣੂ ਬਣਾਊਗੀ ਟੀਮ ਉਸ ਹਿਸਾਬ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਉਹ ਜਿੰਨੇ ਵੀ ਪਹਿਲਾਂ ਆਰਟਿਸਟ ਆਉਂਦੇ ਨੇ ਤੁਹਾਡੇ ਸਾਹਮਣੇ ਹੀ ਨੇ ਸਿੱਧੂ ਆਪਣੇ ਪੀਕ ਦੇ ਵਿੱਚ ਆਪਣੇ ਕਰੀਅਰ ਨੂੰ ਸਾਈਡ ਤੇ ਹੋਲਡ ਦੇ ਕਰਕੇ ਫਿਰ ਪੋਲਿਟਿਕਸ ਦੇ ਵਿੱਚ ਆਇਆ ਤਾਂ ਸਿੱਧੂ ਦੀ ਇੱਕ ਆਪਣੀ ਸੋਚ ਇੰਡੀਵਿਜੂਅਲ ਨੇ ਤਾਂ ਆਪਣਾ ਫੈਸਲਾ ਆਪ ਲੈਣਾ ਹੁੰਦਾ ਨਾ ਜੀ ਮੈਨੂੰ ਲੱਗ ਸਕਦਾ ਹੈ ਕਿ ਸਿੱਧੂ ਨੂੰ ਆਜ਼ਾਦ ਖੜਾ ਹੋਣਾ ਚਾਹੀਦਾ ਇਹ ਹੁਣ ਸਿੱਧੂ ਦਾ ਡਿਸੀਜਨ ਅਸੀਂ ਤਾਂ ਸਿੱਧੂ ਦੇ ਨਾਲ ਆ ਜੋ ਆਜ਼ਾਦ ਖੜਾ ਹੁੰਦਾ ਸੀ ਫਿਰ ਵੀ ਸਿੱਧੂ ਦੇ ਨਾਲ ਹੁੰਦੇ ਅੱਜ ਉਹ ਕਾਂਗਰਸ ਪਾਰਟੀ ਤੋਂ ਟਿਕਟ ਲੜ ਰਿਹਾ ਤੇ ਸੀ ਉਹਦੇ ਨਾਲ ਹੀ ਹੈ ਕੱਲ ਉਹ ਕਿਸੇ ਹੋਰ ਪਾਰਟੀ 'ਚ ਹੁੰਦਾ ਸੀ ਫਿਰ ਵੀ ਉਵੇਂ ਆਪਣੇ ਭਰਾ ਨਾਲ ਖੜਾ ਕਈ ਸ਼ਰਾਰਤੀ ਮਲੰਗ ਲੋਕ ਇਸ ਚੀਜ਼ ਤੇ ਕੱਲ ਦਾ ਲਈ ਜਾਂਦੇ ਤਵਾ ਸਿੱਧੂ ਨੇ ਖੜਾ ਲਵਾਤਾ ਫਲਾਣ ਲਵਾਤਾ ਉਹ ਸ਼ਰਮ ਕਰਿਆ ਕਰੋ ਭਰਾਵੋ ਤੁਹਾਨੂੰ ਨਹੀਂ ਸੀ ਪਤਾ ਮੇਰਾ ਉਹਨਾਂ ਨਾਲ ਕੀ ਰਿਸ਼ਤਾ ਸੀ ਤੇ ਕੱਲ ਤਾਂ ਮੇਰੇ ਕੋਲੇ ਪਰਮੇਸ਼ ਬਾਈ ਵੀ ਆਇਆ ਹੋਇਆ ਸੀ ਬਲਕਾਰਨ ਖੀਲਾ ਆਇਆ ਹੋਇਆ ਸੀ ਤੁਹਾਨੂੰ ਵੀ ਨਹੀਂ ਪਤਾ ਮੈਂ ਵੋਟਾਂ 'ਚ ਖੜਾ ਹੋਇਆ ਤੇ ਕੰਪੇਨ ਚੱਲ ਰਹੀ ਹੈ ਕਿਸੇ ਚੀਜ਼ ਨੂੰ ਭੱਦਾ ਮਜ਼ਾਕ ਬਣਾ ਕੇ ਕਿਸੇ ਚੀਜ਼ ਨਾਲ ਜੋੜਨਾ ਇਹੋ ਜਿਹੀ ਕੁੱਤੀ ਰਾਜਨੀਤੀ ਗੰਦੀ ਰਾਜਨੀਤੀ ਨਾ ਕਰਿਆ ਕਰੋ ਮੇਰਾ ਵੀ।